ਕੋਈ ਆਸਾਨ ਮਸ਼ਵਰਾ ਦਿਓ ਘਰ ਬਹਿ ਕੇ ਕਿੰਝ ਪੈਸੇ ਕਮਾਏ ਭਾਈ ਜਾਨ ਘਰ ਬਹਿ ਕੇ ਪੈਸੇ ਪਹਿਲੀ ਗੱਲ ਤਾਂ ਹੈ ਜੇ ਮੇਰੇ ਯਾਰ ਦੋਸਤ ਪੜ੍ਹੇ ਲਿਖੇ ਨੇ ਉਹ ਇੰਟਰਨੈਟ ਤੋਂ ਬਹਿ ਕੇ ਪੈਸੇ ਕਮਾ ਸਕਦੇ ਨੇ ਅਤੇ ਜਿਹੜੇ ਪੜ੍ਹੇ ਲਿਖੇ ਨੇ ਅਤੇ ਜਿਹੜੇ ਮੇਰੇ ਵਰਗੇ ਪੂਰ ਬੰਦੇ ਨੇ ਉਹ 100 ਦੇ ਵਿੱਚੋਂ 10 ਵੀਹ ਰੁਪਏ ਕਮਾ ਲੈਂਦੇ ਰੜ ਰੜ ਕੇ ਅਤੇ ਨੰਬਰ 2 ਤੁਸੀਂ ਆਪਣੀ ਛੱਤ 'ਤੇ ਨਾ ਭਾਈ ਜੀ ਸਬਜ਼ੀਆਂ ਲਾ ਲਓ ਕਿਉਂਕਿ ਰੋਜ਼ਿਆਂ ਵਿੱਚ ਆਲੂ ਬੜੇ ਮਹਿੰਗੇ ਹੋ ਜਾਂਦੇ ਨੇ ਅਤੇ ਗੰਢੇ ਬੜੇ ਮਹਿੰਗੇ ਹੋ ਜਾਂਦੇ ਦੋ ਚੀਜ਼ਾਂ ਕਾਸ਼ਕਾਰ 'ਚ ਲਾ ਲਓ ਅਤੇ ਸੁਬਹਾ ਉੱਠ ਕੇ ਧਨੀਆ ਧੁਨੀਆਂ ਲਾ ਲਓ ਧਨੀਆ ਲਾ ਲਓ ਪੂਦਨਾ ਲਾ ਲਓ ਖੀਰੇ ਲਾ ਲਓ ਆਚੀ ਲਾ ਲਓ ਘਰ ਦੀ ਫਰੈਸ਼ ਸਬਜ਼ੀ ਨਾਲ ਵੇਚੋ ਮਲੇ 'ਚ ਬਿਜ਼ਨਸ ਆਪਣੇ ਧਿਆਨ ਦਾ ਧਿਆਨ ਤੁਹਾਡੀ ਪ੍ਰਾਪਰਟੀ ਕਬਜ਼ਾ ਵੀ ਨਹੀਂ ਹੋਵੇਗਾ ਅਤੇ ਉਹੀ ਟੂਟੀ ਜੇ ਤੁਸੀਂ ਨਹਾਉਣਾ ਉਹੀ ਟੂਟੀ ਉੱਧਰ ਖੋਲ ਦਿਓ ਨਲ ਉੱਧਰ ਖੋਲ ਦਿਓ ਸਬਜ਼ੀਆਂ ਨੂੰ ਪਾਣੀ ਲੱਗੇ ਮੈਂ ਤਾਂ ਭਾਈ ਅੱਜ ਕੱਲ੍ਹ ਕੋਠਾ ਆਪਣੇ ਖਾਤੇ ਦੇ ਨਾਲ ਇਹ ਬਿਜ਼ਨਸ ਸ਼ੁਰੂ ਕੀਤਾ ਆਲੂ ਉਗਾਏ ਨੇ ਭਿੰਡੀਆਂ ਤੋੜੀਆਂ ਆਹ ਦੁਨੀਆ ਸਬਜ਼ੀ ਲਾਈ ਮੈਂ ਤਾਂ ਬਿਜ਼ਨਸ ਕਰ ਰਹੀ ਤੁਸੀਂ ਵੀ ਕਰੋ ਬਿਜ਼ਨਸ ਪੈਸਾ ਕਮਾਓ ਅਕਲ ਹੋਣੀ ਚਾਹੀਦੀ ਤੁਹਾਡੀ ਅਕਲ ਹੀ ਕੋਈ ਹੈ ਜਾਂ ਲੈਮਨਾ ਲਾ ਲਓ ਲੈਮਨ ਦਾ ਸਟਾਲ ਲਾ ਲਓ ਤੁਹਾਡਾ ਬੜਾ ਪੈਸਾ ਹੋਰ ਕੋਈ ਮਸ਼ਵਰਾ ਔਰ ਇੱਕ ਗੱਲ ਤੁਹਾਨੂੰ ਸੱਚੇ ਕੋ ਦੱਸਾਂਗਾ ਅਕਸਰ ਤੁਸੀਂ ਹੋਟਲਾਂ ਦੇ ਖਾਣਾ ਖਾਣ ਜਾਂਦੇ ਹੋ ਨਾ ਅਤੇ ਤੁਸੀਂ ਆਪਣੇ ਯਾਰ ਦੋਸਤ ਭਰਾ ਤੋਂ ਵੇਖ ਕੇ ਐਟੀਟਿਊਡ ਕਰਦੇ ਹੋ ਕਿ ਯਾਰ ਬੱਚਿਆ ਖਾਣਾ ਨਹੀਂ ਚੁੱਕਣਾ ਬਿਸਤੀ ਹੋਏਗੀ ਉਹ ਬੱਚਿਆ ਖਾਣਾ ਕੜਾਹੀ ਮਾਰੀ ਸਾਲਣ ਉਹਨਾਂ ਕੀ ਕਰਨਾ ਚਟਨੀ ਉਹਨਾਂ ਵਾਪਸ ਪਾ ਲੈਣੀ ਕੜਾਹੀ ਮਾਰੀ ਉਹਨਾਂ ਗੋਹ 'ਚ ਵਾਪਸ ਪਾ ਲੈਣੀ ਹੈ ਉਹ ਹੀ ਤੁਸੀਂ ਪੈਕ ਕਰਾ ਕੇ ਬਾਹਰ ਗਰੀਬ ਬੰਦਾ ਉਹਨੂੰ ਦੇ ਦਿਓ ਇੱਕ ਹੋਰ ਬੜੀ ਵੱਡੀ ਗੱਲ ਕਰਾਂਗਾ ਸਾਡੇ ਮੁਲਕ ਵਿੱਚ ਇੱਕ ਬੜੀ ਹੈ ਗੱਲ ਹੈ ਯਾਰ ਦੋਸਤ ਭੈਣਾਂ ਭਰਾਏਗਾ ਉਹਨੂੰ ਆਪਣਿਆਂ ਨੂੰ ਵੱਡੇ ਵੱਡੇ ਹੋਟਲ 'ਤੇ ਰੈਸਟੋਰੈਂਟ 'ਤੇ ਖੜਨਗੇ ਉੱਥੇ 10-20 ਹਜ਼ਾਰ ਲਾ ਲੈਣਗੇ ਅਤੇ ਬਾਹਰ ਇੱਕ ਗਰੀਬ ਦਾ ਬੰਦਾ ਖਲੋਤਾ ਹੋਏਗਾ ਪਕਾਨੇ ਲੈ ਕੇ ਜਾਂ ਕੋਈ ਚੀਜ਼ ਲੈ ਕੇ ਉਹਦੇ ਕੋਲ 10-20 ਦੀ ਚੀਜ਼ ਲੈ ਹੋਲੇ ਰਿਕਾਰਡ ਇੱਦਾਂ ਵਰਤਣ ਵਾਸਤੇ ਮੈਕਡੋਨਲਡ 10 ਹਜ਼ਾਰ ਖਵਾ ਦੇਣਗੇ ਗਰੀਬ ਬੰਦੇ ਨੂੰ 10 ਰੁਪਏ ਦੇਣਗੇ ਇਹ ਕੰਮ ਨਹੀਂ ਉਹਦਾ ਵੀ ਸਾਫ਼ ਕਰੋ ਚਾਹੇ ਉਹਨੂੰ ਬਰਗਰ ਲੈ ਦਿਓ ਚਾਹੇ ਉਹਨੂੰ ਬੋਤਲ ਲੈ ਦਿਓ ਅੱਲਾਹ ਤਾਲਾ ਰਾਜ਼ੀ ਹੁੰਦਾ ਅਤੇ ਕੋਈ ਬੱਚਿਆ ਸਾਲਣ ਹੋਵੇ ਕੋਸ਼ਿਸ਼ ਕਰੋ ਘਰ ਲੈ ਜਾਓ ਨਹੀਂ ਤਾਂ ਕੋਈ ਗਰੀਬ ਬੰਦਾ ਲੱਭਦਾ ਉਹਦੇ ਮੂੰਹ 'ਚ ਪੈ ਜਾਏ ਅੱਲਾਹ ਤਾਲਾ ਰਾਜ਼ੀ ਹੋਵੇ